ਸੋ ਸੱਜਣਾ ਐ ਦੂਰੀ ਕਿਉਂ 10 ਸੱਜਣਾ ਐ ਦੂਰੀ ਕਿਉਂ ਐਸੀ ਵੀ ਮਜਬੂਰੀ ਕਿਉਂ 10 ਸੱਜਣਾ ਐ ਦੂਰੀ ਕਿਉਂ ਐਸੀ ਵੀ ਮਜਬੂਰੀ ਕਿਉਂ ਦਿਲ ਕਹਿੰਦਾ ਅੱਜ ਪੁੱਛ ਹੀ ਲੈਣਾ ਤੂੰ ਸਾਹਾਂ ਜਿਹਾ ਜ਼ਰੂਰੀ ਕਿਉਂ ਮੇਰੇ ਬੋਲ ਮੇਰੀਆਂ ਗੱਲਾਂ ਮੇਰੇ ਬੋਲ ਮੇਰੀਆਂ ਗੱਲਾਂ ਵਿੱਚ ਹਰ ਵੇਲੇ ਜ਼ਿਕਰ ਤੇਰਾ ਮੇਰੀ ਹਰ ਇੱਕ ਲਿਖਤ ਦੱਸ ਦੇ ਤੇਰੇ ਬਿਨਾ ਅਧੂਰੀ ਕਿਉਂ ਤੇਰੇ ਮੇਰੇ ਲੇਖ ਇਕੱਠੇ ਦਿਲ ਦੀ ਧੜਕਨ ਇੱਕੋ ਜਈ ਹੈ ਤੇਰੇ ਮੇਰੇ ਲੇਖ ਇਕੱਠੇ ਦਿਲ ਦੀ ਧੜਕਨ ਇੱਕੋ ਜਈ ਹੈ ਮੇਰਿਆਂ ਹੱਥਾਂ ਦੀ ਲੀਕ ਕੋਈ ਵੀ ਤੇਰੇ ਬਿਨਾਂ ਨਹੀਂ ਪੂਰੀ ਕਿਉਂ ਦੱਸ ਸੱਜਣਾ ਐ ਦੂਰੀ ਕਿਉਂ ਅ ਪਿੱਛੇ ਇੱਕ ਕੇਸ ਬੜਾ ਹਾਈਲਾਈਟ ਹੋਇਆ ਸੀ ਮਨਦੀਪ ਕੌਰ ਆਸਟ੍ਰੇਲੀਆ ਤੋਂ ਉਹਨਾਂ ਨੇ ਸੁਸਾਈਡ ਕੀਤਾ ਸੀ ਆਪਣੇ ਹਸਬੰਦ ਤੋਂ ਤਾਂਗੋ ਕੇ ਤੇ ਮੈਨੂੰ ਪਤਾ ਨਹੀਂ ਕਿਉਂ ਇਹ ਚੀਜ਼ ਬਹੁਤ ਜ਼ਿਆਦਾ ਟੱਚ ਕੀਤੀ ਸੀ ਕਿਉਂਕਿ ਉਹਨਾਂ ਨੇ ਲਾਸਟ ਜਿਹੜੀ ਉਹਨਾਂ ਦੀ ਵੀਡੀਓ ਸੀ ਉਹਦੇ ਵਿੱਚ ਕਿਹਾ ਸੀ ਕਿ ਮੇਰੇ ਬੱਚੇ ਬਹੁਤ ਛੋਟੇ ਹੈ ਮੇਰਾ ਮਰਨ ਦਾ ਦਿਲ ਨਹੀਂ ਕਰਦਾ ਪਰ ਮੇਰੇ ਕੋਲ ਕੋਈ ਆਪਸ਼ਨ ਨਹੀਂ ਹੈ ਤੇ ਸਮ ਹਾਉ ਇਟ ਰੀਅਲੀ ਟੱਚਡ ਮੀ ਵੈਰੀ ਬੈਡਲੀ ਤੇ ਮੈਂ ਉਹਦੇ ਤੇ ਕੁਝ ਥੋੜਾ ਜਿਹਾ ਲਿਖਿਆ ਸੀ ਕਦੇ ਕਦੇ ਦਿਲ ਕਰਦਾ ਹੈ ਕਿ ਮੈਂ ਮਰ ਜਾਵਾਂ ਕਦੇ ਕਦੇ ਦਿਲ ਕਰਦਾ ਹੈ ਕਿ ਮੈਂ ਮਰ ਜਾਵਾਂ ਪਰ ਮਰਾਂ ਵੀ ਨਾ ਤੇ ਵੇਖਾਂ ਦੂਰੋਂ ਕਿਤੇ ਕਿ ਮੇਰੇ ਹੋਣ ਨਾਲ ਨਾ ਹੋਣ ਨਾਲ ਤੈਨੂੰ ਕਿੰਜ ਲੱਗਦਾ ਹੈ ਕਦੇ-ਕਦੇ ਦਿਲ ਕਰਦਾ ਹੈ ਕਿ ਮੈਂ ਮਰ ਜਾਵਾਂ ਪਰ ਮਰਾਂ ਵੀ ਨਾ ਤੇ ਵੇਖਾਂ ਦੂਰੋਂ ਕਿਤੇ ਕਿ ਮੇਰੇ ਨਾ ਹੋਣ ਨਾਲ ਤੈਨੂੰ ਕਿੰਜ ਲੱਗਦਾ ਹੈ ਮੈਨੂੰ ਆਪਣੇ ਸਾਹਮਣੇ ਵੇਖਣ ਦੀ ਤੈਨੂੰ ਜਿਹੜੀ ਆਦਤ ਹੋ ਗਈ ਹੈ ਨਾ ਮੈਂ ਵੇਖਾਂ ਕਿ ਸਿਰਫ ਤਸਵੀਰਾਂ 'ਚ ਮੈਨੂੰ ਵੇਖਣਾ ਤੈਨੂੰ ਕਿੰਜ ਲੱਗਦਾ ਕਦੇ-ਕਦੇ ਦਿਲ ਕਰਦਾ ਹੈ ਕਿ ਇਸ ਜ਼ਿੰਦਗੀ ਦੇ ਰੁੱਖ ਤੇ ਪੀਲੀ ਪੈ ਜਾਵਾਂ ਪਰ ਛੜਾਂ ਵੀ ਨਾ ਕਦੇ-ਕਦੇ ਦਿਲ ਕਰਦਾ ਹੈ ਕਿ ਇਸ ਜ਼ਿੰਦਗੀ ਦੇ ਰੁੱਖ ਤੇ ਪੀਲੀ ਪੈ ਜਾਵਾਂ ਪਰ ਛੜਾਂ ਵੀ ਨਾ ਤੇ ਵੇਖਾਂ ਕਿ ਤੂੰ ਕਿਵੇਂ ਐਸ ਰੁੱਖ ਨੂੰ ਕੱਲਾ ਜੋੜ ਕੇ ਰੱਖਣਾ ਤੇ ਵੇਖਾਂ ਕਿਵੇਂ ਤੂੰ ਇਸ ਰੁੱਖ ਨੂੰ ਮੇਰੇ ਬਿਨਾ ਕੱਲਾ ਜੋੜ ਕੇ ਰੱਖਣਾ ਹੈ ਪੀਲੇ ਪੱਤਿਆਂ ਦੀ ਡਿੱਗਣ ਦੀ ਉਡੀਕ ਕਰਦਾ ਪੀਲੇ ਪੱਤਿਆਂ ਦੇ ਡਿੱਗਣ ਦੀ ਉਡੀਕ ਕਰਦਾ ਕਿ ਜਾਂ ਫਿਰ ਮੇਰੇ ਵਾਂਗੂ ਉਹਨਾਂ ਨੂੰ ਤੋੜ ਕੇ ਰੱਖਣਾ ਫਿਰ ਮੈਂ ਵੀ ਵੇਖਾਂ ਨਵੀਆਂ ਟਾਹਣੀਆਂ ਤੇ ਨਵੇਂ ਫੁੱਲਾਂ ਨੂੰ ਪੁੰਗਰਦਿਆਂ ਐਸੇ ਕਰਕੇ ਬਸ ਮੇਰਾ ਦਿਲ ਕਰਦਾ ਐਵੇਂ ਕਿ ਮੈਂ ਮਰ ਜਾਵਾਂ ਪਰ ਮੈਂ ਮਰਾਂ ਵੀ ਨਾ ਤੇ ਮੈਂ ਮਰ ਜਾਵਾ ਤੇ ਮੈਂ ਮਰਾਂ ਵੀ ਨਾ ਆ ਇੱਕ ਮੈਨੂੰ ਨਿਊਜ਼ਪੇਪਰ ਪੜਨ ਦਾ ਬਹੁਤ ਸ਼ੌਂਕ ਹੈ ਮਾਰਨਿੰਗਸ ਮੈਨੂੰ ਲੱਗਦਾ ਕਿ ਮੈਂ ਨਿਊਜ਼ਪੇਪਰ ਨਾ ਪੜਨਾ ਤੇ ਮੇਰਾ ਡੇ ਅਧੂਰਾ ਹੈ ਪਰ ਅੱਜ ਕੱਲ ਤੁਹਾਨੂੰ ਨਹੀਂ ਲੱਗਦਾ ਕਿ ਖਬਰਾਂ ਚ ਜਿਹੜੀਆਂ ਖਬਰਾਂ ਹੁੰਦੀਆਂ ਦੇ ਆਰ ਨਾਟ ਵਰਥ ਰੀਡਿੰਗ ਐਂਡ ਲੱਗਦਾ ਹੈ ਕਿ ਜਿਸ ਤਰ੍ਹਾਂ ਐਨੀ ਨੈਗੇਟਿਵਿਟੀ ਹਰ ਖਬਰ ਨੈਗੇਟਿਵ ਸਭ ਮਤਲਬ ਮੋਸਟ ਆਫ ਦਾ ਟਾਈਮ ਲੱਗਦਾ ਹੈ ਕਿ ਜਿਸ ਤਰ੍ਹਾਂ ਝੂਠ ਹੀ ਗਾਇ ਹੈ ਕਿ ਇਸ ਤਰ੍ਹਾਂ ਥੋੜੀ ਨਾ ਹੁੰਦਾ ਐਂਡ ਥੋੜੀ ਐਂਡੀਆਂ ਖਬਰਾਂ ਥੋੜੀ ਕੋਈ ਲੱਗਦਾ ते उस रिगार्डिंग मैं कहना चाह मुझे कहता है कि मैं अखबार लिखता हूँ मुझे कहता है कि मैं अखबार लिखता हूँ मैंने कहा झूठ तो कहता वो तो बेशुमार लिखता हूँ मुझे कहता है कि मैं अखबार लिखता हूँ मैंने कहा झूठ कहता वो तो बेशुमार लिखता हूँ बना देता हूँ हर खबर को एक सनसनीखेज हेडलाइन बना देता हूँ हर खबर को एक सनसनी खेज हेडलाइन जब हो जाता है तड़का तैयार लिखता हूँ सच को बेचता हूँ बस थोड़ा सा तोड़ मरोड़ कर मैं सच को बेचता हूँ बस थोड़ा सा तोड़ मरोड़ कर मैं पढ़ना चाहोगे जिसे बार बार लिखता हूँ जेबें भरती हैं जब लिखी हुई सब खबरें मेरी जेबें भरती हैं जब लिखी हुई सब खबरें मेरी तो क्या फर्क पड़ता है किसे गुनहगार लिखता हूँ बात कोई भी करो बात कोई भी करो मेरे लिए ताज़ा खबर है यारो बात कोई भी करो मेरे लिए ताज़ा खबर है यारो सोच कर बात करो मैं होकर खबरदार लिखता हूँ क्या कहा झूठ वो तो बेशुमार लिखता हूँ तेजे जानते मौसम बारे कुछ के थोड़ा जा मौसम जिस तरह चेंज हो रहा है तलख मौसम के मिजाज भी बदल गए हैं अब तो तलख मौसम के मिजाज़ भी बदल गए हैं अब तो अब तो तुम भी थोड़ा सा प्यार से पेश आया करो चांदनी रातों का मौसम है मुलाकातों का मौसम है चांदनी रातों का मौसम है मुलाकातों का मौसम है ज़्यादा कुछ नहीं चाहिए बस तुम रोज़ नज़र आ जाया करो थैंक यू सो मच